ਸਭ ਤੋਂ ਪਹਿਲਾਂ ਮੱਧਿਕਾ ਮੀਡੀਅਨ ਫਾਈਂਡ ਕਰਨ ਦੇ ਵਿੱਚ ਕੀ ਕਰਾਂਗੇ ਆਪਾਂ ਸੀ ਐਫ ਪੰਚਵੀਂ ਬਾਰੰਬਾਰਤਾ ਕੱਢ ਉਹ ਕੀ ਹੁੰਦੀ ਹੈ ਛੇ ਐਜ ਇਟ ਇਜ਼ ਬਾਰੰਬਾਰਤਾ ਦਾ ਛੇ 'ਚ ਨੌਂ ਜੋੜੇ ਪੰਦਰਾਂ ਪੰਦਰਾਂ 'ਚ ਬਾਰਾਂ ਪਲੱਸ ਕੀਤੇ ਸਤਾਈ ਸਤਾਈ 'ਚ ਅੱਠ ਜੋੜੇ ਪੈਂਤੀ ਪੈਂਤੀ 'ਚ ਪੰਜ ਜੋੜੇ ਛਿਆਲੀ ਕਨਫਰਮੇਸ਼ਨ ਕਰਨ ਦੇ ਲਈ ਇਹਨੂੰ ਟੋਟਲ ਕਰੋ ਤੁਹਾਡਾ ਟੋਟਲ ਇਹਦੀ ਲਾਸਟ ਬਾਰੰਬਾਰਤਾ ਦੇ ਬਰਾਬਰ ਆਉਣਾ ਫਿਰ ਮੱਧਿਕਾ ਲਈ ਕੀ ਕਰਦੇ ਹਾਂ ਇਹ ਹੈਗਾ ਐਨ ਸਮੇਸ਼ਨ ਐਫ ਐਨ ਵਟੇ ਦੋ ਚਾਲੀ ਵਟੇ ਦੋ ਵੀਹ ਮਤਲਬ ਵੀਹਵੀਂ ਪੋਜੀਸ਼ਨ ਟਵੈਂਟੀਐਥ ਪੋਜੀਸ਼ਨ ਕਿਉਂਕਿ ਜਿਹੜੀ ਬਾਰੰਬਾਰਤਾ ਹੁੰਦੀ ਪੋਜੀਸ਼ਨ ਦੱਸਦੀ ਹੈ ਇਹ ਹੈਗਾ ਪਹਿਲੀ ਤੋਂ ਛੇਵੀਂ ਪੋਜੀਸ਼ਨ ਇਹ ਹੋ ਗਈ ਸੈਵਨਥ ਤੋਂ ਪੰਦਰਵੀਂ ਪੋਜੀਸ਼ਨ ਇਹ ਹੋ ਗਈ ਸੋਲਵੀਂ ਤੋਂ ਸਤਾਈਵੀਂ ਪੋਜੀਸ਼ਨ ਇਸ ਅਕੋਰਡਿੰਗ ਵੀਹਵੀਂ ਪੋਜੀਸ਼ਨ ਆਪਣੀ ਇੱਥੇ ਆ ਇਹ ਹੋ ਗਿਆ ਮੀਡੀਅਨ ਕਲਾਸ ਜਾਂ ਮੱਧਿਕਾ ਵਰਗ ਅੰਤਰਾ ਤੇ ਮੱਧਿਕਾ ਦਾ ਕੀ ਫਾਰਮੂਲਾ ਹੁੰਦਾ ਐਲ ਪਲੱਸ ਐਨ ਵਟੇ ਦੋ ਮਾਈਨਸ ਸੀ ਐਫ ਵਟੇ ਐਫ ਗੁਣ ਆਈ ਜਾਂ ਐਚ ਐਲ ਮੱਧਿਕਾ ਵਰਗ ਅੰਤਰਾਲ ਦੀ ਛੋਟੀ ਸੀਮਾ ਚਾਲੀ ਐਨ ਵਟੇ ਦੋ ਵੀਹ ਸੀ ਐਫ ਜਿਹੜੀ ਇਹ ਤੋਂ ਉੱਪਰਲੀ ਹੁੰਦੀ ਹੈ ਮੱਧਿਕਾ ਵਰਗ ਅੰਤਰਾਲ ਤੋਂ ਉੱਪਰ ਵਾਲੀ ਧਿਆਨ ਰੱਖਣਾ ਪੰਦਰਾਂ ਐਫ ਇਹਦੇ ਨਾਲ ਹੀ ਕੰਸਰਨਡ ਹੈ ਬਾਰਾਂ ਆਈ ਹੋ ਗਿਆ ਵਰਗ ਆਕਾਰ ਵੀਹ ਇਹ ਹੈ ਬਸ ਇਦੂ ਬਾਅਦ ਇਹਨੂੰ ਆਪਾਂ ਸੋਲਵ ਕਰਨਾ ਵੀਹ ਚੋਂ ਪੰਦਰਾਂ ਗਏ ਪੰਜ ਵਟੇ ਬਾਰਾਂ ਗੁਣਾ ਵੀਹ ਸੋਲਵ ਕੀਤਾ ਚਾਰ 'ਤੇ ਗਿਆ ਪੰਜ ਚਾਰ 'ਤੇ ਗਿਆ ਤਿੰਨ ਤੋ ਪੰਜੋ ਪੰਜ ਹੀ ਪੱਚੀ ਵਟਾ ਤਿੰਨ ਅੱਠ ਪੁਆਇੰਟ ਤਿੰਨ ਤੋ ਜਿਹੜਾ ਆਪਣਾ ਆਂਸਰ ਆ ਗਿਆ ਕਿੰਨਾ ਆ ਗਿਆ ਅੜਤਾਲੀ ਪੁਆਇੰਟ